ਬਪ ਅਤੇ ਬੇਟੇ ਅਤੇ ਰੂਪਾਕ ਦੇ ਨਾਉਤੇ ਆਮੀਨ ਪ੍ਰਭੂ ਜੀ ਸਮਸੀ ਵਿੱਚ ਪਿਆਰੇ ਪੈਨੋ ਅਤੇ ਪ੍ਰਉ ਅੱਜ ਅਸੀਂ 16 ਜੂਨ ਨੂੰ ਪਾਕ ਮਕਲਸੀਆ ਦੇ ਨਾਲ ਮਿਲ ਕੇ ਸੰਤ ਚੌਨ ਫਰਾਂਸਿਸ ਰੇਜੀਸ ਦੀ ਇਡ ਮਨਾ ਰਹੇ ਹਾਂ ਸੰਤ ਚੌਨ ਫਰਾਂਸਿਸ ਰੇਜੀਸ ਦਾ ਜਨਮ 31 ਜਨਵਰੀ 1597 ਈਸਵੀ ਵਿੱਚ ਫਰਾਂਸ ਵਿਖੇ ਹੋਇਆ ਆਪਣੇ ਮਾਂ ਬਾਪ ਦੀ ਦੇਖ ਰੇਖੇ ਤਾਂ ਇਹਨਾਂ ਨੇ ਆਪਣੀ ਪੜਾਈ ਅਤੇ ਪ੍ਰਾਰਥਨਾ ਦੇ ਵਿੱਚ ਦਿਲਚਸਪੀ ਦਿਖਾਈ ਅਤੇ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਇਹਨਾਂ ਨੇ ਜੈਸਵਿਟ ਜਮਾਤ ਦੇ ਵਿੱਚ ਦਾਖਲਾ ਲਿਆ ਅਤੇ 33 ਸਾਲ ਦੀ ਉਮਰ ਵਿੱਚ ਇਹ ਇੱਕ ਪੁਰੀਤ ਬਣੇ ਪੁਰੀਤ ਬਣਨ ਤੋਂ ਬਾਅਦ ਇਹਨਾਂ ਨੇ ਮਹਾਮਾਰੀ ਨਾਲ ਪੀੜਤ ਲੋਕਾਂ ਦੀ ਸੇਵਾ ਦਾ ਕੰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਇਹਨਾਂ ਨੇ ਅਨਚਾਨ ਕਿਸਾਨੀ ਆਬਾਦੀ ਵਾਲੇ ਲੋਕਾਂ ਅਤੇ ਗਰੀਬ ਬੱਚਿਆਂ ਦੀ ਸੇਵਾ ਕੀਤੀ ਨਾਲ ਦੀ ਨਾਲ ਇਹਨਾਂ ਨੇ ਬੱਚਿਆਂ ਅਤੇ ਔਰਤਾਂ ਨੂੰ ਸਿੱਖਿਆ ਦਿੰਦੇ ਹੋਏ ਉਹਨਾਂ ਨੂੰ ਇੱਕ ਚੰਗਾ ਜੀਵਨ ਗੁਜ਼ਾਰਨ ਦੇ ਲਈ ਕਿਹਾ ਅਤੇ ਇਹ ਆਪਣਾ ਕਾਫੀ ਸਮਾਂ ਇਤਰਾਫ ਸੁਣਨ ਦੇ ਲਈ گزارਦੇ ਤਾਂ ਜੋ ਲੋਕ ਖੁਦਾ ਤੋਂ ਮਾਫੀ ਹਾਸਲ ਕਰਕੇ ਆਪਣੇ ਆਪ ਨੂੰ ਖੁਦਾ ਦੇ ਰਾਜ਼ ਦੇ ਲਈ ਤਿਆਰ ਕਰ ਸਕਨ ਇਸ ਮਹਾਨ ਸੰਤ ਨੇ ਆਪਣੇ ਕੰਮਾਂ ਅਤੇ ਪ੍ਰਚਾਰ ਦੇ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਈਸਾਈ ਈਮਾਨ ਦੇ ਵਿੱਚ ਤਬਦੀਲ ਕੀਤਾ ਅਤੇ ਆਖਿਰ 31 ਦਸੰਬਰ 1640 ਈਸਵੀ ਦੇ ਵਿੱਚ ਇਸ ਸੰਤ ਵਾਪਸ ਖੁਦਾ ਦੇ ਕੋਲ ਚਲੇ ਗਏ ਅਤੇ ਪਪ ਕਲੇਮੈਂਟ ਬਾਰਵੇਂ ਨੇ 1737 ਈਸਵੀ ਦੇ ਵਿੱਚ ਇਹਨਾਂ ਨੂੰ ਸੰਤਕੋਸ਼ਿਤ ਕੀਤਾ ਸੁਪ੍ਰਬੀਅਸਮ ਸੀ ਵਿੱਚ ਪਿਆਰੀ ਪੈਨੋ ਅਤੇ ਪ੍ਰਾਉ ਅਚ ਜਦੋਂ ਅਸੀਂ ਇਸ ਮਹਾਨ ਸੰਤ ਦੀ ਈਦ ਮਨਾ ਰਹੇ ਹਾਂ ਆਓ ਅਸੀਂ ਵੀ ਗਰੀਬਾਂ ਬੇਸਹਾਰਿਆਂ ਅਤੇ ਬਿਮਾਰ ਲੋਕਾਂ ਦੀ ਸੇਵਾ ਕਰੀਏ ਅਤੇ ਆਪਣੇ ਆਪ ਨੂੰ ਖੁਦਾ ਦੇ ਰਾਜ਼ ਦੇ ਲਈ ਤਿਆਰ ਕਰੀਏ ਅਤੇ ਇਸ ਵਰਦਾਨ ਦੇ ਲਈ ਔਰ ਸਿ ਹਮੇਸ਼ਾ ਖੁਦਾ ਦੇਗੇ ਪ੍ਰਾਰਥਨਾ ਕਰਿਏ ਅਤੇ ਖੁਦਾਬਾਪ ਕੋਲ ਸ਼ਕਤੀ ਹਾਸਲ ਕਰਿਏ ਆਮੀਨ